जी मैं अनुवाशी चोरानु पहचान गई वा वो चोर का बच्चा अब 102 रुपए लीटर भाई करप्ट है चोर है जो अदालत ने फैसला किया गडरिया भी जड़ा ना इंटेलिजेंट हो गया जो चोर जो पीपल पार्टी सारी ना लेकिन आओ यो तो लेते वोट नून लीग जाके किप का डाट देखे क्या उधर क्या किया उसने फाड़ के एक एक बंदा जड़ा ना इंटेलिजेंट जीनियस बना छड़या पूरे पाकिस्तान दा अच्छा चोरानु पहचान गई वा जान गए चोर सारे घर इमरान खान आएगा एक बार पाकिस्तान संवारेगा नया पाकिस्तान बनावांगे इंशाल्लाह ਨਵਾਜ਼ ਸ਼ਰੀਫ ਹੁਣ ਜਾਏਗਾ ਡਿਆਲਾ ਜੇਲ੍ਹ ਮੱਛਰ ਉਡੀਕਣ ਡੇ ਨੇ ਉੱਥੇ ਲੇਕਿਨ ਜਿਹੜੀ ਆਉਣ ਵਾਲੀ ਹਕੂਮਤ ਹੈ ਨਾ ਹਾਂਜੀ ਆਵਾਮ ਫਿਰ ਵੀ ਨਵਾਜ਼ ਸ਼ਰੀਫ ਨੂੰ ਵੇਖ ਰਹੀ ਹੈ ਭਾਅ ਜੀ ਉਹ ਹੁਣ ਟ੍ਰੈਂਡ ਜਿਹੜਾ ਨਾ ਉਹ ਖਤਮ ਹਾਂ ਉਹ ਕਹਾਣੀ ਸ਼ੇਰ ਵਾਲੀ ਜਿਹੜੀ ਹੈ ਨਾ ਸ਼ੇਰ ਆ ਗਿਆ ਉਹ ਚੇਂਜ ਹੋ ਗਈ ਹੁਣ ਗਡਰੀਆ ਵੀ ਜਿਹੜਾ ਨਾ ਉਹ ਇੰਟੈਲੀਜੈਂਟ ਹੋ ਗਿਆ ਉਹਨੇ ਇਲਾਜ ਕੱਢ ਲਿਆ ਸ਼ੇਰ ਦਾ ਜਦੋਂ ਸ਼ੇਰ ਆਏਗਾ ਤਾਂ ਗਡਰੀਆ ਵੀ ਪੈ ਜਾਏਗਾ ਸ਼ੇਰ ਸ਼ੇਰ ਨੂੰ ਦਿਆ ਸ਼ੇਰ ਨੂੰ ਅਜੇ ਵੀ ਸ਼ੇਰ ਨੂੰ ਉਹ ਕੈਦ ਹੋ ਗਏ ਉਹਨੂੰ 10 ਸਾਲ ਕੋਈ ਗੱਲ ਨਹੀਂ ਪਹਿਲੇ ਨਾ ਹਲਵੀਰ ਤੇ ਸ਼ੇਰ ਤੇ ਚੱਲਦਾ ਨਾ ਹੋ ਗਿਆ ਸ਼ੇਰ ਚੱਲਦਾ ਇਮਰਾਨ ਖਾਨ ਉਹਦੇ ਦਿਲ ਨਹੀਂ ਮੁਤਮੈਨ ਹੁੰਦਾ ਕਿਉਂ ਫਿਰ ਵੀ ਸ਼ੇਰ ਹੀ ਹੈ ਫਿਰ ਵੀ ਸ਼ੇਰ ਫਿਰ ਵੀ ਇਮਰਾਨ ਖਾਨ ਉਹ ਤੁਹਾਡੇ ਬਾਅਦ ਤੋਂ ਕੁਛ ਨਹੀਂ ਹੈ ਕਿਉਂ ਅਸੀਂ ਤਾਂ ਇਹ ਕੰਮ ਕਰਨਾ ਸ਼ੇਰ ਵੀ ਆ ਗਿਆ ਤਾਂ ਵੀ ਉਹ ਆ ਗਿਆ ਤਾਂ ਵੀ ਅੱਛਾ ਫਿਰ ਹੀ ਗਲੀ ਗਲੀ ਫਿਰਨਾ ਠੀਕ ਹੋ ਪੀਟੀ ਕੋ ਜੀ ਉਸ ਦੀ ਵਜ੍ਹਾ ਕੋਈ ਖਾਸ ਇਹ ਹੈ ਕਿ ਨਵਾਜ਼ ਕਰਪਟ ਹੈ ਚੋਰ ਹੈ ਡਾਕੂ ਹੈ ਅੱਜ ਸਾਬਤ ਵੀ ਹੋ ਗਿਆ ਉਹ ਚੋਰ ਡਾਕੂ ਔਰ ਕਰਪਟ ਹੈ ਇਸ ਲਈ ਪੀਟੀ ਕੋ ਵੋਟ ਦੇ ਰਹੇ ਹੈ ਉਸ ਕੀ ਕੋਈ ਖਾਸ ਵਜ੍ਹਾ ਪੀਟੀ ਕੋ ਦੇਣੇ ਪੀਟੀ ਕਿਸ ਲਈ ਵੋਟ ਦੇ ਰਹੇ ਹੈ ਕਿਤਨੀ ਵਾਰ ਅਜ਼ਮਾਨਾ ਹੈ ਚੋਰੋਂ ਔਰ ਡਾਕੂਓਂ ਕੋ ਸਹੀ ਇਸੇ ਵੀ ਇੱਕ ਵਾਰ ਅਜ਼ਮਾ ਲੈਤੇ ਹੈ ਅਗਰ ਇਹ ਅੱਛਾ ਹੋਇਆ ਤਾਂ ਠੀਕ ਹੈ ਨਾ ਹੋਇਆ ਤਾਂ ਇਸੇ ਫੇਂਕ ਦੇ ਮੈਂ ਵੀ ਸ਼ੇਰ ਕੋ ਸ਼ੇਰ ਕੋ ਇਮਰਾਨ ਖਾਨ ਕਿਉਂ ਗਾਲਾਂ ਕੱਢਦਾ ਬੜੀਆਂ ਬਦਤਮੀਜ਼ ਗਾਲਾਂ ਕੱਢਦਾ ਬਦਤਮੀਜ਼ ਐਸ ਪੀ ਨੂੰ ਧਮਕੀ ਡੀ ਪੀ ਨੂੰ ਧਮਕੀ ਹਰ ਬੰਦੇ ਨੂੰ ਧਮਕੀ ਲਾ ਛੱਡਿਆ ਇਹ ਸਮਾਜ ਹੋਣੇ ਲਾਉਣ ਲੱਗ ਪਿਆ ਅਤੇ ਬਣ ਗਿਆ ਅਤੇ ਫਿਰ ਲੋਕਾਂ ਨੂੰ ਕਲਮੇ ਫੜ ਫੜ ਬਾਹਰ ਕੱਢੇ ਮਾਰੇ ਇਮਰਾਨ ਖਾਨ ਉਸ ਕੀ ਕੋਈ ਖਾਸ ਵਜ੍ਹਾ ਸਭ ਤੋਂ ਪਤਾ ਜੋ ਕੱਲ੍ਹ ਹੋਇਆ ਚੋਰ ਡਾਕੂ ਸੇ ਛੁਟਕਾਰਾ ਸਹੀ ਹੈ ਠੀਕ ਹੈ ਮੁਲਕ ਦਾ ਨਿਜ਼ਾਮ ਕਰਨੇ ਉਸਨੇ ਠੀਕ ਹੈ ਇਮਰਾਨ ਖਾਨ ਨੇ ਠੀਕ ਹੈ ਹਰ ਬੰਦਾ ਟੈਕਸ ਦੇਗਾ ਸਭ ਤੋਂ ਉਹ ਉਨਕੀ ਦੁਬਾਰਾ ਅਪੀਲ ਵੀ ਦਾਇਰ ਹੋ ਚੁੱਕੀ ਹੈ ਇਨਕੀ ਉਸੇ ਕੁਛ ਨਹੀਂ ਹੋਗਾ ਉਹ ਉੱਪਰ ਬੈਠਾ ਰੱਬ ਉਹ ਫੈਸਲਾ ਕਰਨੇ ਵਾਲਾ ਵੋਟ ਦੇ ਰਹੇ ਹੋ ਸਾਰੇ ਸਿੱਧੇ ਛੋਟੇ ਨੂੰ ਲੀਗ ਨਹੀਂ ਦਿੱਤਾ ਵੋਟ ਦੇ ਨਾਲ ਅਜੇ ਵੀ ਹਾਂਜੀ ਉਹਨੂੰ ਸਜ਼ਾ ਹੋ ਗਈ 10 ਸਾਲ ਕੋਈ ਗੱਲ ਨਹੀਂ ਸਰ ਜਿਹੜਾ ਵੀ ਆਇਆ ਉਹਨੂੰ ਸਜ਼ਾ ਤਾਂ ਹੋਣੀ ਹੈ ਅੱਛਾ ਹਾਂ ਇਮਰਾਨ ਖਾਨ ਹੈਂ ਇਮਰਾਨ ਖਾਨ ਕੋਈ ਗੱਲ ਉਹ ਵੀ ਆਪਣੀ ਟ੍ਰਾਈ ਵੋਟ ਕਿਸ ਕੋ ਦੇ ਰਹੇ ਹਾਂ ਨਵਾਜ਼ ਸ਼ਰੀਫ ਆਸ਼ਰੀਫ ਕੋ ਹਾਂਜੀ ਮੀਆਂ ਨਵਾਜ਼ ਸ਼ਰੀਫ ਹਾਂਜੀ ਹਾਂਜੀ ਮੀਆਂ ਨਵਾਜ਼ ਸ਼ਰੀਫ ਕੈਦ ਹੋ ਚੁੱਕੀ ਹੈ ਉਸ ਕੋ ਸਜ਼ਾ ਹੋ ਗਈ ਹੈ ਅੱਗੇ ਵੀ ਹੋਈ ਸੀ 14 ਸਾਲ ਹੋਈ ਸੀ ਹੁਣ 10 ਸਾਲ ਹੋਈ ਤਾਂ ਕੀ ਹੋ ਗਿਆ ਨਹਿਲ ਵੀ ਹੋ ਚੁੱਕਿਆ ਪਹਿਲਾਂ ਕੋਈ ਗੱਲ ਨਹੀਂ ਫੇਰ ਹੋਇਆ ਅੱਗੇ ਵੀ ਹੋਇਆ ਸੀ ਅੱਗੇ ਜ਼ਿਲ੍ਹਾ ਬਦਲ ਹੋਇਆ ਸੀ ਫਿਰ ਹਾਂ ਜ਼ਿਲ੍ਹਾ ਬਦਲ ਹੋਇਆ ਸੀ ਫਿਰ ਆਏਗਾ ਇਨਸ਼ਾਅੱਲਾ ਹੁਣ ਤੇ ਉਹ ਲੜ ਹੀ ਨਹੀਂ ਸਕਦਾ ਇਲੈਕਸ਼ਨ ਨਹੀਂ ਲੜ ਅੱਗੇ ਤੁਹਾਨੂੰ ਦੱਸਿਆ 14 ਸਾਲ ਸਜ਼ਾ ਇਹੀ 10 ਸਾਲ ਲਈ ਬਾਹਰ ਭੇਜਿਆ ਸੀ ਆ ਕੇ ਫਿਰ ਜਿੱਤਿਆ ਕਿ ਨਹੀਂ 10 ਸਾਲ ਬਾਅਦ ਵੋਟਾਂ ਦੇ ਸਿਰ ਤੇ ਉਹਨੂੰ ਨਹੀਂ ਲਾ ਸਕਦੇ ਵੋਟਾਂ ਦੇ ਸਿਰ ਤੇ ਉਹਨੂੰ ਅੱਜ ਤੱਕ ਰਾਇਆ ਨਾ ਹਲ ਕਰਕੇ 3 ਵਾਰੀ ਲਾਇਆ ਉਂਝ ਲਾਇਆ ਦੱਸੋ ਇਮਰਾਨ ਖਾਨ ਇਮਰਾਨ ਹਾਂ ਕੁੱਤਾ ਉਹਨੂੰ ਅਕਲ ਹੀ ਹੈ ਨਹੀਂ ਕੋਈ ਗੱਲ ਕਰਨ ਦਾ ਨਹੀਂ ਪਤਾ ਪਤਾ ਤੁਸੀਂ ਦੱਸੋ ਮੈਂ ਪੁੱਛ ਰਿਹਾ ਤੁਹਾਡੇ ਕੋਲ ਮੈਂ ਤੁਹਾਨੂੰ ਦੱਸਿਆ ਜੋ ਖਾਸ ਵਜ੍ਹਾ ਇਮਰਾਨ ਖਾਨ ਨਾਂ ਦੇਣ ਦੀ ਜੋ ਚੋਰ ਜੋ ਪੀਪਲ ਪਾਰਟੀ ਸਾਰੀ ਉਹਨਾਂ ਲੀਲੀ ਨਾਲ ਕੋਈ ਇੱਕ ਬੰਦਾ ਮੈਨੂੰ ਦੱਸੋ ਸਾਫ਼ ਸਾਡੇ ਲੱਗੇ ਜਿੰਨੇ ਸਾਫ਼ ਬੰਦੇ ਹਨ ਉਹਨਾਂ ਨੂੰ ਟਿਕਟਾਂ ਹੀ ਨਹੀਂ ਮਿਲੀਆਂ ਫਿਰਦੋਸ ਨੂੰ ਟਿਕਟ ਦਿਵਾੜਾ ਪੀਪਲ ਪਾਰਟੀ ਦੀ ਨੂੰ ਵੋਟ ਕਿਸ ਕੋ ਦੇ ਰਹੇ ਸਭਾ ਨੂਨ ਲੀਗ ਨੂਨ ਲੀਗ ਕੋ ਅਭੀ ਵੀ ਨੂਨ ਲੀਗ ਕੋ ਹਾਂਜੀ ਉਹ ਨਹਿਲ ਹੋ ਚੁੱਕਾ ਹੈ ਅਬ ਉਸ ਕੋ 10 ਸਾਲ ਕੀ ਸਜ਼ਾ ਹੋ ਗਈ ਹੈ ਨਰੇਨ ਵਿੱਚ ਵੀ ਹੰਜੀ ਹੋਇਆ ਸੀ ਨਾ ਅੱਛਾ 99 ਮੇਂ ਵੀ ਦੱਸਿਆ ਹੀ ਹੋਇਆ ਸੀ ਦੁਬਾਰਾ ਬਹਾਲ ਹੋ ਕੇ ਵਜ਼ੀਰ ਆਜ਼ਮ ਰਹੇ ਹੈ ਸਹੀ ਹੈ ਆ ਫਿਰ ਵੈਸੇ ਹੀ ਹੋਗਾ ਤੋ 10 ਸਾਲ ਬਾਅਦ ਵੋਟ ਦੇਣਗੇ ਨਹੀਂ ਅਭੀ ਵੋਟ ਦੇ ਅਭੀ ਵੋਟ ਦੇ ਇਮਰਾਨ ਖਾਨ ਨਵਾਜ਼ ਸ਼ਰੀਫ ਕੋ ਦੇਣਗੇ ਇਮਰਾਨ ਖਾਨ ਨਹੀਂ ਨਹੀਂ ਉਹ ਨਵਾਜ਼ ਕਰਨ ਦਾ ਵਾ ਕਰਦਾ ਹੀ ਕੁਝ ਨਹੀਂ ਅੱਛਾ ਹਾਂਜੀ ਯੂ ਟਰਨ ਬੰਦ ਕਰੇ ਤਾਂ ਕੋਈ ਬੰਦਾ ਸੋਚੇ ਨਾ ਵੋਟ ਕਿਸ ਕੋ ਦੇ ਰਹੇ ਸਰ ਵੋਟ ਨੂਨ ਲੀਗ ਕੋ ਅਭੀ ਵੀ ਨਹਿਲ ਹੋ ਚੁੱਕਾ ਪਹਿਲੇ ਅਬ ਉਸ ਕੋ ਸਜ਼ਾ ਵੀ ਹੋ ਗਈ ਹੈ 10 ਸਾਲ ਸਰ ਦੇਖੀਏ ਕਿ ਨਾਅਹਲੀ ਇੱਕ ਤੋਂ ਵਹਾਂ ਚ ਹੋਈ ਹੈ ਅਦਾਲਤ ਸੇ ਹਮ ਉਸ ਨਾਅਹਲੀ ਕੋ ਨਹੀਂ ਮਾਨਤੇ ਅਹਲੀ ਹਮ ਅਹਲੀਅਤ ਉਨਕੀ ਇਸ ਲਈ ਮਾਨਤੇ ਹੈ ਕਿ ਉਹ ਆਜ ਵੀ ਆਵਾਮ ਮੇਂ ਉਸੀ ਤਰ੍ਹਾਂ ਉਨਕਾ ਆਪ ਜਿਤਨੇ ਵੀ ਸਰਵੇ ਆ ਰਹੇ ਹੈ ਆਪ ਦੇਖ ਰਹੇ ਹੈ ਉਨਕਾ ਗ੍ਰਾਫ ਥੋੜ੍ਹਾ ਸਾ ਹੀ ਨੀਚੇ ਗਿਆ ਔਰ ਉਸਕੀ ਵੀ ਰੀਜ਼ਨ ਹਮ ਆਮ ਲੋਕ ਹੈ ਹਮ ਉਸ ਕੋ ਜ਼ਾਹਰ ਨਹੀਂ ਕਰ ਸਕਤੇ ਲੇਕਿਨ ਜਿਤਨੇ ਕਾਮ ਹੋਏ ਮੁਲਕ ਮੇਂ ਸਭ ਸੇ ਬੜੀ ਬਾਤ ਜੋ ਹੋਤੀ ਹੈ ਵੋ ਅਮਨ ਹੋਤਾ ਔਰ ਅਫਵਾਜੇ ਪਾਕਿਸਤਾਨ ਕੇ ਸਾਥ ਮਿਲ ਕੇ ਉਹਨੇ ਜਿਸ ਤਰ੍ਹਾਂ ਕਰਾਚੀ ਕੋ ਕੋਇਟੇ ਕੋ ਪਾਕਿਸਤਾਨ ਮੇਂ ਜਿਤਨਾ ਅਮਨ ਲਾਇਆ ਹੈ ਅਗਰ ਜਾਨ ਹੋਗੀ ਨਾ ਤੋ ਸਭ ਕੁਛ ਹੋ ਜਾਏਗਾ ਅਗਰ ਜਾਨ ਨਹੀਂ ਹੈ ਤੋ ਕੁਛ ਨਹੀਂ ਹੋਗਾ ਇਮਰਾਨ ਖਾਨ ਇਮਰਾਨ ਖਾਨ ਕੋ ਤੋ ਸਰ ਆਪ ਦੇਖ ਸਕਤੇ ਹੈ ਕਿ ਜਿਸ ਇਨਸਾਨ ਕਾ ਕੌਲ ਹੀ ਨਹੀਂ ਹੈ ਜਿਸ ਇਨਸਾਨ ਕਾ ਤਜ਼ਾਦ ਹੋਤਾ ਹੈ ਹਰ ਬਾਤ ਮੇਂ ਜੋ ਖੁਦ ਕਰਕੇ ਖੁਦ ਹੀ ਯੂਟਰਨ ਲੈ ਲੇਤਾ ਹੈ ਵੋ ਕਿਆ ਕਰ ਸਕਤਾ ਹੈ ਉਸ ਮੇਂ ਅਹਲੀਅਤ ਨਹੀਂ ਹੈ ਵਜ਼ੀਰ ਆਜ਼ਮ ਬਣਨੇ ਕੀ ਸਹੀ ਹੈ ਪੀ ਟੀ ਆਈ ਜ਼ਿੰਦਾਬਾਦ ਪੀ ਟੀ ਆਈ ਜੀ ਨੋ ਲੀਗ ਨੋ ਕਿਉਂ ਵੈਸੇ ਹੀ ਮਰਜ਼ੀ ਆ ਵਜ੍ਹਾ ਵੀ ਹੁੰਦੀ ਵਜ੍ਹਾ ਥੋੜ੍ਹੀ ਕਰਪਸ਼ਨ ਕੀਤੀ ਉਹਨੇ ਅੱਛਾ ਉਹਦੀ ਵਜ੍ਹਾ ਦੇ ਨਾਲ ਹੋਰ ਕੀ ਅਸੀਂ ਕਰਾਈਏ
کپڑے تو لوا نہیں سکتے ووٹ دے رہے ہیں شیر کو انشاءاللہ اس کی وجہ شروع سے شیر کو دے رہے ہیں عمران خان عمران خان کو نہیں کیوں اسے ہم پسند ہی نہیں کرتے پسند ہی نہیں کرتے نہیں جناب نواز شریف کو پسند کرتے ہیں جی بالکل اس کو تو قید ہو چکی ہے ناہل بھی ہو انشاءاللہ ضمانت ہوگی 10 سال کی سزا انشاءاللہ ضمانت ہوگی ہائی کورٹ سے اسلام آباد سے انشاءاللہ ضمانت ہوگی ہم پورے عزم ہیں انشاءاللہ آپ کا ووٹ انشاءاللہ نواز شریف آپ کا بھی نواز شریف ہاں جی عمران خان عمران خان فارق ہے انشاءاللہ کیوں کو خاص وجہ کیا کیا عمران خان نے کیا کیا اس نے دھرنے دیے ہیں میٹرو پہلے میٹرو پہ تنقید کرتا تھا وہ میٹرو کیا نام ہے نواز شریف سے مہنگی بنائی ہے اور جا کے کیپ کا حالات دیکھے ہم کیا ادھر کیا کیا اس نے کام کیا نواز شریف نے لوگ کام کو دے رہے ہیں انشاءاللہ نواز شریف جیتے گا ہر جگہ سے جیتے گا انشاءاللہ اللہ کے حکم سے جیتے گا انشاءاللہ کیوں دے رہے ہیں اس دفعہ ہم تو لبیک ہی یار سے لبیک ہی یار سے اس کی کوئی خاص وجہ ہم انہوں کے آدمی ہیں عمران خان عمران خان کے نواز شریف نو کسی اور کو نہیں آپ کا ووٹ کس کے لیے میاں نواز شریف کے لیے آپ کا بھی میاں نواز شریف جی انشاءاللہ اس کی کوئی خاص وجہ میاں نواز شریف جی وہ سچا انسان ہے اسی لیے اس کو سزا ہو گئی ہے اور پہلے نااہل ہو چکا وہ انشاءاللہ تعالیٰ 10 تاریخ کو پاکستان آئیں گے پھر آگے بتائیں گے آپ کو قید ہو جائیں گے ہو جائیں کوئی مسئلہ نہیں آزادی بھی ہے آج میڈیا نے اعلان کر دیا ہے انہوں نے اپنی شک کی ہے دائر وہاں پہ انشاءاللہ تعالیٰ وہ جلد رہا بھی ہو جائیں گے عمران خان کو دیں گے وہ چور کا بچہ اس کو چھوڑو اس کو کیا کرنا ہے کوئی خاص وجہ نہ دینے کی اس کو وہ اپنی بیوی نہیں سام سکا اس نے پاکستان کیا چلانا ہے وہ تو اس کا پرسنل میٹر ہے نا گھر کا بس چھوڑو وہ ہے ہی نہیں بندہ ہے ہی نہیں کیا وہ انگلی کھڑی کر رہا ہے امپائر کی انگلی وہ فوج کے سر پہ لگ رہا ہے ٹھیک ہے اگر یہ کام نہ ہو تو انشاءاللہ تعالی میاں نواز شریف پھر دوبارہ پاکستان میں بحال ہوں گے اللہ کی رحمت میں جدید ابھی بھی نواز شریف کے ساتھ ہوں لیکن میں اس دفعہ نواز شریف کو ووٹ نہیں دوں گا اس دفعہ کس کو دے رہے ہیں ڈاکٹر فردوس کیونکہ ہاں شی از دی پرسنالٹی ہو ورکس ا لاٹ ویئر یو آر گو آپ کو پتہ چلے گا کہ ڈاکٹر فردوس نے کام کیا ہے